ਸਬਸਕ੍ਰਾਈਬ ਕਰੋ NC7 ਨਿਊਜ਼ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ। ਯੂ ਆਰ ਵਾਚਿੰਗ NC7 ਨਿਊਜ਼, ਹਰ ਖਬਰ ਤੇ ਨਜ਼ਰ। ਬਾਲ ਵਿਕਾਸ ਦੇ ਪ੍ਰੋਜੈਕਟ ਅਫਸਰ ਸ਼੍ਰੀਮਤੀ ਸੁਨੀਤਾ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਰਾਮਪੁਰਾ ਪਿੰਡ ਦੇ ਵੱਖ ਵੱਖ ਆਂਗਨਵਾੜੀ ਸੈਂਟਰਾਂ ਚ ਪੋਸ਼ਣ ਮਹੀਨਾ ਮਨਾਇਆ ਗਿਆ। ਪੋਸ਼ਣ ਦਿਵਸ ਮੌਕੇ ਇੱਥੇ ਮੌਜੂਦ ਮਾਵਾਂ ਅਤੇ ਬੱਚਿਆਂ ਨੂੰ ਸਹੀ ਪੌਸ਼ਟਿਕ ਆਹਾਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉੱਥੇ ਗਰਭਵਤੀ ਮਾਵਾਂ ਦੀ ਗੋਦ ਭਰਾਈ ਵੀ ਕੀਤੀ ਗਈ। ਪ੍ਰੋਗਰਾਮ ਦੌਰਾਨ ਪਰਮਜੀਤ ਕੌਰ CHD, ਕਮਲਦੀਪ ਕੌਰ ANM ਨੇ ਜੰਕ ਫੂਡ ਜਿਵੇਂ ਪੀਜ਼ਾ, ਬਰਗਰ, ਨਿਊਡਲ ਅਤੇ ਬਾਜ਼ਾਰੀ ਤਲੀਆਂ ਚੀਜ਼ਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਤਾਂ ਜੋ ਗਰਭਵਤੀ ਮਾਵਾਂ, ਦੁੱਧ ਪਿਆਉਣ ਵਾਲੀਆਂ ਮਾਵਾਂ ਅਤੇ ਬੱਚੇ ਪੌਸ਼ਟਿਕ ਆਹਾਰ ਲੈਣ ਨਾਲ ਤੰਦਰੁਸਤ ਰਹਿ ਸਕਣ, ਦੇਸ਼ ਦੀ ਆਉਣ ਵਾਲੀ ਪੀੜ੍ਹੀ ਤੰਦਰੁਸਤ ਪੈਦਾ ਹੋ ਸਕੇ ਅਤੇ ਕੁਪੋਸ਼ਣ ਤੋਂ ਬਚੀ ਰਹੇ, ਜਿਸ ਨਾਲ ਦੇਸ਼ ਦਾ ਭਵਿੱਖ ਸੁਨਹਿਰਾ ਬਣੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਂਗਨਵਾੜੀ ਵਰਕਰ ਸੁਰਿੰਦਰ ਕੌਰ, ਪ੍ਰਿਤਪਾਲ ਕੌਰ, ਜਗਜੀਤ ਕੌਰ, ਰਾਜਰਾਣੀ, ਪਰਮਜੀਤ ਕੌਰ, ਪਰਮਿੰਦਰ ਕੌਰ ਆਦਿ ਹਾਜ਼ਰ ਸਨ। ਮੈਂ ਕਹਿਣਾ ਚਾਹੁੰਦੀ ਹਾਂ ਜੀ, ਅਸੀਂ ਆਂਗਨਵਾੜੀ ਸੈਂਟਰ ਪਿੰਡ ਰਾਮਪੁਰਾ ਵਿੱਚ ਪੋਸ਼ਣ ਅਭਿਆਨ 1 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਮਨਾ ਰਹੇ ਹਾਂਗੇ, ਜਿਸ ਵਿੱਚ ਕਿ ਅਸੀਂ ਪੌਸ਼ਟਿਕ ਖੁਰਾਕ ਬਾਰੇ ਦੱਸਣਾ ਚਾਹੁੰਦੇ ਹਾਂ ਲੋਕਾਂ ਨੂੰ ਵੀ ਪੌਸ਼ਟਿਕ ਖੁਰਾਕ ਕੀ ਹੈ, ਜਿਹਦੇ ਨਾਲ ਕੁਪੋਸ਼ਣ ਨੂੰ ਦੂਰ ਕੀਤਾ ਜਾ ਸਕਦਾ। ਸਹੀ ਪੋਸ਼ਣ ਦੇਸ਼ ਰੋਸ਼ਨ ਦਾ ਨਾਰਾ ਦੇ ਰਹੇ ਹਾਂ ਲੋਕਾਂ ਨੂੰ। ਇਸ ਵਿੱਚ ਅਸੀਂ ਅੱਜ ਆਂਗਨਵਾੜੀ ਸੈਂਟਰ 407 ਵਿੱਚ ਅਤੇ 405 ਵਿੱਚ ਆਂਗਨਵਾੜੀ ਸੈਂਟਰ ਵਿੱਚ ਗੋਦ ਭਰਾਈ ਦੀ ਰਸਮ ਰੱਖੀ ਗਈ ਹੈ, ਜਿਸ ਵਿੱਚ ਅਸੀਂ ਗਰਭਵਤੀ ਔਰਤਾਂ ਨੂੰ ਗੋਦ ਭਰਾਈ ਦੀ ਰਸਮ ਕੀਤੀ ਗਈ ਹੈ ਅਤੇ ਨਾਲ ਹੀ ਅਸੀਂ ਉਹਨਾਂ ਨੂੰ ਸਰੀਰ ਦੇ ਪੌਸ਼ਟਿਕ ਤੱਤਾਂ ਬਾਰੇ ਦੱਸਿਆ ਗਿਆ ਕਿ ਉਹਨਾਂ ਨੂੰ ਸਹੀ ਖੁਰਾਕ ਖਾਣੀ ਚਾਹੀਦੀ ਹੈ ਅਤੇ ਸਮੇਂ-ਸਮੇਂ ਤੇ ਭਾਰ ਤੇ ਟੀਕਾ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇੰਨਾ ਕਹਿੰਦੇ ਹੋਏ ਅਸੀਂ ਧੰਨਵਾਦ। ਯੂ ਆਰ ਵਾਚਿੰਗ NC7 ਨਿਊਜ਼, ਹਰ ਖਬਰ ਤੇ ਨਜ਼ਰ।